ਕੁੜੀ ਕਹਿੰਦੀ ਪਈ ਆ ਕਿ ਜੀ ਸਾਡੇ 'ਚ ਕੋਈ ਵੀ ਇੱਦਾਂ ਦੀ ਗੱਲ ਨਹੀਂ ਹੋਈ ਸੀਗੀ, ਤਾਂ ਆਹ ਚੈਟ ਪੜ੍ਹ ਲਓ। ਹੁਣ ਮੁੰਡੇ ਨੂੰ ਕੀ ਪਤਾ ਸੀਗਾ ਕਿ ਉਹਦੀਆਂ ਚੈਟਸ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀਆਂ ਆ, ਮੁੰਡੇ ਨੂੰ ਤਾਂ ਇਹ ਚੀਜ਼ ਪਤਾ ਨਹੀਂ ਸੀ। ਉਹ ਕਹਿ ਰਿਹਾ ਕਿ ਮੈਂ ਬਟਨਾਂ ਵਾਲਾ ਫੋਨ ਵੀ ਯੂਜ਼ ਕਰ ਲੂੰਗੀ, ਅਤੇ ਕੁੜੀ ਕਹਿ ਰਹੀ ਹੈ ਕਿ ਮੁੰਡਾ ਮੇਰੇ ਤੋਂ ਪੈਸੇ ਮੰਗਦਾ ਹੁੰਦਾ ਸੀ 15 ਦਿਨੀ। ਅੱਜ ਮੈਂ ਕੁੜੀ ਦੀ ਇੰਟਰਵਿਊ ਸੁਣੀ ਸੀ ਤੇ ਕੁੜੀ ਸੱਚੀ ਹੋਣ ਦੀ ਮਾਰੀ ਬਹੁਤ ਕੁਛ ਕਹਿ ਰਹੀ ਹੈ। ਠੀਕ ਆ, ਕੁੜੀ ਦਾ ਸੱਚ ਮੰਨਿਆ ਵੀ ਜਾ ਸਕਦਾ ਸੀਗਾ, ਪਰ ਆ ਚੈਟਸ ਨਹੀਂ ਝੂਠ ਬੋਲਦੀਆਂ, ਹੈ ਨਾ, ਚੈਟਸ ਤੋਂ ਸਾਰਾ ਕੁਛ ਪਤਾ ਲੱਗਦਾ। ਜੇ ਮੁੰਡੇ ਦੇ ਪੇਰੈਂਟਸ ਨੂੰ ਵੀ ਫੋਨ ਦਾ ਨਾ ਉਹਨਾਂ ਦਾ ਧਿਆਨ ਹੁੰਦਾ ਜਾਂ ਉਹਨਾਂ ਨੂੰ ਚੈਟਸ ਨਾ ਮਿਲਦੀਆਂ, ਤਾਂ ਉਹਨਾਂ ਕੋਲ ਵੀ ਕੋਈ ਪ੍ਰੂਫ ਨਹੀਂ ਸੀਗਾ, ਹੈ ਨਾ, ਇਹ ਚੀਜ਼ ਦਾ। ਕਹਿੰਦੇ ਕਿ ਜੇ ਕੁੜੀ ਨੇ ਡਿਪੋਰਟ ਹੋਣਾ, ਕਿਤੇ ਨਹੀਂ ਡਿਪੋਰਟ ਹੋਣਾ ਕੁੜੀ ਨੇ, ਇੱਥੇ ਬੈਠੀ ਆ ਇੰਟਰਵਿਊ 'ਤੇ ਉਹ ਸੱਚੀਆਂ ਝੂਠੀਆਂ ਕਹਾਣੀਆਂ ਬਣਾਈ ਜਾਂਦੀ ਆ ਕਿ ਇੱਦਾਂ ਸੀ ਇੱਦਾਂ ਸੀ। ਕਹਿੰਦੀ ਕਿ ਮੈਂ ਫਾਈਲ ਅਪਲਾਈ ਕਰਨੀ ਸੀਗੀ ਅਤੇ ਉਹਦੇ ਕੋਲ ਕੋਈ ਪ੍ਰੂਫ ਵੀ ਨਹੀਂ ਹੈਗਾ ਕਿ ਉਹਨੇ ਲਾਇਰ ਨਾਲ ਗੱਲ ਕੀਤੀ ਆ, ਉਹਨੇ ਡਾਕੂਮੈਂਟ ਮੰਗਵਾਏ। ਇਹ ਸਭ ਝੂਠੀਆਂ ਗੱਲਾਂ ਨੇ, ਇਹੋ ਜਿਹੀਆਂ ਤਾਂ ਸੱਚੀ ਡਿਪੋਰਟ ਹੋਣੀਆਂ ਚਾਹੀਦੀਆਂ ਤਾਂ ਕਿ ਬਾਕੀਆਂ ਨੂੰ ਵੀ ਅਕਲ ਆ ਸਕੇ।